ਸਤਿ ਸ਼੍ਰੀ ਅਕਾਲ ਅਸੀਂ ਤੁਰੇ ਜਾਂਦੇ ਸੀ ਇੱਥੇ ਇਹ ਵੀਡੀਓ ਬਣਾਉਣ ਦਾ ਇੱਕ ਸਪੈਸ਼ਲ ਪਰਪਸ ਹੈ ਉਹ ਪਰਪਸ ਇਹ ਹੈ ਕਿ ਅਸੀਂ ਜਾ ਰਹੇ ਸੀਗੇ ਅਤੇ ਮੈਂ ਮਾਈਕ ਵਗੈਰਾ ਵੀ ਨਹੀਂ ਹੈ ਮੇਰੇ ਕੋਲ ਸੋ ਐਂ ਆਵਾਜ਼ ਲੈ ਰਿਹਾ ਲੇਕਿਨ ਇਹਦਾ ਪਰਪਸ ਇਹ ਹੈ ਕਿ ਇੱਥੇ ਇੱਕ ਮਸ਼ੀਨ ਲੱਗੀ ਹੋਈ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਮਸ਼ੀਨ ਜਿਹੜੀ ਹੈ ਇਹ ਐਕਚੁਅਲ ਦੇ ਵਿੱਚ ਕੀ ਕਰ ਰਹੀ ਹੈ ਇਹ ਪਰਾਲੀ ਵਾਲੀ ਮਸ਼ੀਨ ਹੈ ਜਿਹੜੀ ਪਰਾਲੀ ਇਕੱਠੀ ਕਰ ਰਹੀ ਹੈ ਇਹ ਮਸ਼ੀਨ ਆਉਂਦੀ ਹੈ ਕੋਈ ਪੈਸੇ ਨਹੀਂ ਲੈਂਦੀ ਫ੍ਰੀ ਦੇ ਵਿੱਚ ਕੰਮ ਕਰਦੇ ਜਿਹੜੀ ਕੰਪਨੀ ਹੈ ਪੈਸੇ ਉਹਨਾਂ ਨੇ ਲਗਾਉਣੇ ਆ ਮਸ਼ੀਨ ਉਹਨਾਂ ਦੀ ਸਭ ਕੁਛ ਉਹਨਾਂ ਦਾ ਖਰਚਾ ਵੀ ਉਹਨਾਂ ਦਾ ਚੱਕੇ ਵੀ ਉਹੀ ਲੈ ਕੇ ਜਾਂਦੇ ਨੇ ਸੋ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਜੋ ਕਿਸਾਨ ਜੋ ਜ਼ਿਮੀਂਦਾਰ ਅੱਜ ਪਰਾਲੀ ਨੂੰ ਅੱਗ ਲਾ ਰਿਹਾ ਉਹਨੂੰ ਅੱਗ ਲਾਉਣ ਦੀ ਲੋੜ ਨਹੀਂ ਜਿਹੜਾ ਕਹਿੰਦੇ ਨਾ ਸਾਡੇ ਕੋਲ ਤਾਂ ਡੱਬੀ ਹੋਈ ਹੈ ਇਹ ਜੀ ਗੱਲ ਨਹੀਂ ਡੱਬੀ ਨਹੀਂ ਹੁਣ ਮਸ਼ੀਨ ਵੀ ਹੈ ਮਸ਼ੀਨਾਂ ਫ੍ਰੀ ਆ ਰਹੀਆਂ ਨੇ ਕੰਪਨੀਆਂ ਚੱਕ ਕੇ ਲੈ ਕੇ ਜਾ ਰਹੀਆਂ ਨੇ ਆਹ ਮੁਕਤਸਰ ਰੋਡ 'ਤੇ ਹੈ ਜੀ ਜਿੱਥੇ ਅਸੀਂ ਖੜੇ ਹਾਂ ਮੁਕਤਸਰ ਰੋਡ 'ਤੇ ਆ ਆ ਹੈ ਸਾਹਮਣੇ ਉਹ ਰੋਡ ਹੈ ਉਧਰੋਂ ਅਸੀਂ ਉਧਰੋਂ ਥੱਲੋਂ ਮੁੜੇ ਆ ਕੇ ਦੇਖਿਆ ਕਿ ਜੀ ਕੀ ਚੱਲ ਰਿਹਾ ਹੁਣ ਤੁਹਾਨੂੰ ਦਿਖਾਉਂਦੇ ਹਾਂ ਆਹ ਦੇਖੋ ਇੱਧਰ ਆਹ ਪੰਡਾਂ ਬਣੀਆਂ ਪਈਆਂ ਆਹ ਜਿਹੜੀਆਂ ਪੰਡਾਂ ਨੇ ਆਹ ਕਹਿੰਦੇ ਨੇ ਜੀ ਕਿ 500 ਕਿਲੋ ਯਾਨੀ 5 ਕੁਇੰਟਲ ਦੀ ਇੱਕ ਪੰਡ ਬਣ ਜਾਂਦੀ ਹੈ 6 ਵੀ ਕਹਿ ਦਿੰਦੇ ਨੇ ਕੁਛ ਸੋ ਆਹ ਪੰਡ ਬਣ ਜਾਂਦੀ ਹੈ ਆਹ ਇਕੱਠੀ ਕਰਕੇ ਮੁੜ ਕੇ ਇਹਨੂੰ ਟਰੈਕਟਰ 'ਚ ਪਾ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਇਹਨੂੰ ਐਜ਼ ਆ ਫਿਊਲ ਯੂਜ਼ ਕਰਦੇ ਨੇ ਫੈਕਟਰੀਆਂ ਦੇ ਵਿੱਚ ਯੂਜ਼ ਹੁੰਦੀ ਹੈ ਇਹਦੀ ਪਰਾਲੀ ਇਹਦੀ ਕਹਿੰਦੇ ਕਿ ਰੇਹ ਵੀ ਬਣ ਜਾਂਦੀ ਹੈ ਬਾਇਓਫਿਊਲ ਵੀ ਬਣ ਜਾਂਦਾ ਡੀਜ਼ਲ ਦੇ ਵਿੱਚ ਜਿਹੜਾ ਪੈਂਦਾ ਅੱਜ ਦੀ ਡੇਟ 'ਚ ਇਹ ਚੱਲ ਰਿਹਾ ਗੱਤਾ ਫੈਕਟਰੀ 'ਚ ਜਾਂਦੀ ਹੈ ਗੱਤਾ ਬਣਦਾ ਇਹਦਾ ਕਾਫੀ ਕੁਛ ਬਣਦਾ ਇਹਦਾ ਅੱਗ ਲਾ ਕੇ ਇੱਕ ਤਾਂ ਸਾਰਾ ਇਨਵਾਇਰਮੈਂਟ ਖਰਾਬ ਹੁੰਦਾ ਦੂਜਾ ਨਾ ਆਪਾਂ ਨੂੰ ਬਾਇਓਫਿਊਲ ਮਿਲਦਾ ਨਾ ਗੱਤਾ ਮਿਲਦਾ ਨਾ ਹੋਰ ਚੀਜ਼ਾਂ ਮਿਲਦੀਆਂ ਇਹਦੇ ਨਾਲ ਤਾਂ ਬਿਨਾਂ ਅੱਗ ਲਾਏ ਨਾਲ ਤਾਂ ਗੱਤਾ ਬਾਇਓਫਿਊਲ ਹੋਰ ਬਹੁਤ ਚੀਜ਼ਾਂ ਮਿਲਣਗੀਆਂ ਐਕਸਪੋਰਟ ਵੀ ਹੋਊਗਾ ਸਮਾਨ ਵੇਸਟੇਜ ਜਿਹੜੀ ਹੈ ਆਹ ਹੁਣ ਤੁਸੀਂ ਐਵੇਂ ਦੇਖੋ ਆਹ ਸਾਰਾ ਕੁਛ ਖਤਮ ਹੋ ਗਿਆ ਵੈਸੇ ਆਹ ਵੱਡੀ ਵੱਡੀ ਹੁੰਦੀ ਜਿਵੇਂ ਆਹ ਦਿਖ ਰਿਹਾ ਨਾ ਜੀ ਆਹ ਵੱਡਾ ਵੱਡਾ ਹੁੰਦਾ ਕਾਫੀ ਇਦੋਂ ਹੀ ਵੱਡਾ ਵੱਡਾ ਹੁੰਦਾ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਦੇਖੋ ਮਸ਼ੀਨ ਚੱਲਦੀ ਆ ਉਹ ਆਪਾਂ ਦੇਖਦੇ ਮਸ਼ੀਨ ਆਵਾਜ਼ ਸ਼ਾਇਦ ਸਾਫ਼ ਨਾ ਆਵੇ ਪਰ ਉਹ ਮਸ਼ੀਨ ਕੋਲ ਚੱਲਦੇ ਹਾਂ ਮਾਫ਼ ਕਰੇ ਕਿਉਂਕਿ ਮਾਈਕ ਹੈ ਨਹੀਂ ਸੀਗਾ ਅਸੀਂ ਤਾਂ ਵੈਸੇ ਹੀ ਚੱਲੇ ਸੀਗੇ ਬਿਨਾਂ ਮਾਈਕ ਦੇ ਆਇਆ ਆਓ ਦੇਖੀਏ ਉਹ ਮਸ਼ੀਨ ਚੱਲ ਰਹੀ ਹੈ ਉਹ ਦੇਖੋ ਕਿਵੇਂ ਕੱਟ ਰਹੀ ਹੈ ਦੇਖਦੇ ਹਾਂ ਕੀ ਬਣਦਾ ਆਹ ਦੇਖੋ ਬਿਲਕੁਲ ਹੀ ਜਮਾ ਸਾਫ ਹੀ ਹੈ ਇੱਕ ਤਰ੍ਹਾਂ ਦਾ ਸੋ ਬਿਲਕੁਲ ਬਿਲਕੁਲ ਸਾਫ ਹੀ ਇੱਕ ਤਰ੍ਹਾਂ ਦਾ ਹੁੰਝਾ ਹੀ ਵੱਜਦਾ ਜਾਂਦਾ ਕੋਈ ਇਹਦੇ 'ਚ ਉਹ ਨਹੀਂ ਹੈ ਕਿ ਹਾਂ ਵੀ ਕੁਛ ਬਚਦਾ ਉਲਟਾ ਆਹ ਜਿਹੜੀ ਚੀਜ਼ ਬਚ ਰਹੀ ਹੈ ਨਾ ਜੀ ਇਹ ਚੀਜ਼ ਫਾਇਦਾ ਹੀ ਦਊਗੀ ਕਿਉਂਕਿ ਇਹ ਜਦੋਂ ਵਿੱਚ ਹੀ ਵਾਹਿਆ ਜਾਊਗਾ ਇਹਦੇ ਨਾਲ ਖਾਦ ਬਣਦੀ ਹੈ ਖਾਦ ਬਣ ਜੂਗੀ ਉਹ ਕਿੰਨਾ ਵਧੀਆ ਸਿਸਟਮ ਹੈ ਆਓ ਅੱਗੇ ਚੱਲ ਕੇ ਫਟਾਫਟ ਦੇਖਦੇ ਹਾਂ ਥੋੜ੍ਹਾ ਤੇਜ਼ ਚੱਲਦੇ ਹਾਂ ਆਹ ਦੇਖੋ ਆਹ ਮਸ਼ੀਨ ਹੈ ਜੀ ਐਂ ਕੰਮ ਕਰਦੀ ਹੈ ਦੇਖੋ ਦਿਖਾਵਾਂਗੇ ਦੇਖੋ ਕਿੰਨਾ ਕੁ ਟਾਈਮ ਲੱਗਦਾ ਇਹਨੂੰ ਬਣਾਉਣ ਤੇ ਇੱਕ ਕੱਚ ਨੂੰ 6-7 ਮਿੰਟ ਲੱਗ ਗਏ ਔਰ 1 ਕਿੱਲੇ 'ਚ ਕਿੰਨੀਆਂ ਗੱਠਾਂ ਨਿਕਲਦੀਆਂ 6-7 ਨਿਕਲਦੀਆਂ ਮਤਲਬ 1 ਕਿੱਲੇ 'ਚੋਂ 7 ਗੱਠਾਂ ਅੱਛਾ ਤੇ ਇਹਨਾਂ ਖਰਚਾ ਖੁਰਚਾ ਕੀ ਆ ਖਰਚਾ ਲੈਣੇ ਹੋ ਜ਼ਿਮੀਦਾਰ ਤੋਂ ਨਹੀਂ ਲੈਂਦੇ ਅੱਛਾ ਮਤਲਬ ਜ਼ਿਮੀਦਾਰ ਤੋਂ ਕੋਈ ਖਰਚਾ ਨਹੀਂ ਤੇ ਗੱਠਾਂ ਬਣ ਕੇ ਜਾਂਦੀਆਂ ਕਿੱਥੇ ਨੇ ਕਿਸਾਨ ਚੌਂਕ ਦੇ ਵਿੱਚ ਡੰਪ ਹੁੰਦਾ ਉੱਥੇ ਉਦੋਂ ਬਾਅਦ ਕਿੱਥੇ ਜਾਂਦਾ ਤੁਹਾਨੂੰ ਨੀ ਪਤਾ ਇਹ ਅੱਛਾ ਮਤਲਬ ਵੈਸੇ ਤੁਸੀਂ ਪੈਸੇ ਪੂਸੇ ਦਾ ਹੀ ਲੈਂਦੇ ਮਤਲਬ ਤੁਹਾਡੇ ਜ਼ਿਮੀਦਾਰ ਤੋਂ ਕੋਈ ਪੈਸੇ ਅੱਛਾ ਹੁਣ ਲੋ ਇਹਦਾ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਕੀ ਸਿਸਟਮ ਹੈ ਬਾਈ ਇਹਦਾ
ਪਰਾਲੀ ਦਾ ਇਕੱਠਾ ਹੀ ਬਣਾਉਣੇ ਆਪਾਂ ਜੀ। ਅੱਛਾ ਜੀ, ਹਾਂ 5 ਕੁਆਟਲ ਦੀ ਇਕੱਠ ਬਣ ਜਾਂਦੀ ਹੈ ਇੱਕ। ਅੱਛਾ, ਤੇ ਕਿਹੜੀ ਕੰਪਨੀ ਕੌਣ ਇਕੱਠਾ ਕਰਦਾ, ਕੀ ਕੀ ਖਰਚਾ ਖੁਰਚਾ? ਸਾਡਾ ਆਪਦਾ ਪ੍ਰੋਜੈਕਟ ਹੈਗਾ। ਅੱਛਾ ਜੀ, ਠੀਕ ਹੈ ਜੀ। ਅਸੀਂ ਗਾਂ ਇੱਥੋਂ ਬਣਾ ਕੇ ਪਰਾਲੀ ਕਿਸਾਨ ਚੌਂਕ ਦੇ ਵਿੱਚ ਜਾਂਦੀ ਹੈ, ਕਿਸਾਨ ਚੌਂਕ ਤੋਂ ਸੈੱਡ ਵਾਲੇ ਪਾਵਰ ਪਲਾਂਟ ਨੂੰ ਜਾ ਰਹੀ ਹੈ। ਰਿੰਗ ਰੋਡ ਹੋ ਗਿਆ, ਤਿੰਨ ਥਾਵਾਂ ਐਸਟੀਮੇਟ ਕਿੰਨਾ ਕਿੰਨਾ ਕਰ ਲੋਗੇ? ਇਸ ਤੋਂ ਹੁਣ ਐ ਵੀ ਥੋੜਾ ਰਹਿ ਗਿਆ, ਹੁਣ ਤਾਂ ਕੋਈ 150 ਏਕੜ 200 ਏਕੜ ਮਿਲ ਜਾਏ ਤਾਂ ਸਾਨੂੰ ਕਰ ਸਕਦੇ ਹਾਂ। ਮਤਲਬ ਤੁਹਾਨੂੰ ਮਿਲ ਨਹੀਂ ਰਿਹਾ, ਤੁਸੀਂ ਕਰਨ ਨੂੰ ਤਿਆਰ ਹੋ? ਕਰਨ ਨੂੰ ਤਿਆਰ ਹੈ। ਤੇ ਜਿਹੜੇ ਅੱਗ ਲਾ ਰਹੇ ਨਹੀਂ, ਜਿਹੜੇ ਕਿਸਾਨ ਬਾਈ ਜਿਹੜੇ ਅੱਗ ਲਾਈ ਜਾਂਦੇ ਨੇ, ਇਹਨਾਂ ਨੂੰ ਤੁਸੀਂ ਕਿਹਾ ਨੀ ਕਿ ਅੱਗ ਨਾ ਲਾਓ? ਕਾਲੀ ਬਾਲੀ ਜ਼ਿਆਦਾ ਕਰੀ ਜਾਂਦੇ, ਛੇਤੀ ਕਣਕ ਬੀਜਣੀ, ਛੇਤੀ ਕਣਕ ਬੀਜਣੀ ਜੀ। ਇਹਨਾਂ ਨੇ ਐਨੇ ਕਣਕ ਬੀਜਣੀ, ਇਹਨਾਂ ਦੀ ਵੀ ਮਜਬੂਰੀ ਹੈ ਇੱਕ ਜੀ। ਇਹ ਨੀ ਕਹਿ ਸਕਦੇ ਵੀ ਸਾਡੀ ਮਸ਼ੀਨਰੀ ਹੈਗੀ, ਇਹਨਾਂ ਦੀ ਵੀ ਮਜਬੂਰੀ ਹੈ ਇੱਕ ਵੀ ਕੀ ਇਹਨਾਂ ਨੇ ਕਣਕ ਬੀਜਣੀ ਹੈ ਜੀ। ਜੇ ਕਣਕ ਲੇਟ ਹੋ ਜੂਗੀ ਤੇ ਆਹ ਚੀਜ਼ ਸੁੱਕ ਜਾਂਦੀ ਇਹਨਾਂ ਦੀ ਬਾਤ ਜੀ। ਆਪਾਂ ਮੇਰੇ ਸਾਈਡ ਤੇ ਅਜੇ ਹੁਣ ਮਸ਼ੀਨ ਦੁਬਾਰਾ ਚੱਲ ਪਈ ਤਾਂ ਆਵਾਜ਼ ਆਊਗੀ, ਆਪਾਂ ਸਾਈਡ ਤੇ ਦੁਬਾਰਾ ਪੂਰੀ ਗੱਲ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੀ ਸਿਸਟਮ। ਕਿਉਂਕਿ ਦੇਖੋ ਸਾਨੂੰ ਇਹ ਲੱਗਿਆ ਸੀ ਕਿਸਾਨ ਅੱਗ ਲਾ ਰਿਹਾ, ਥੋੜਾ ਵੇਟ ਨਹੀਂ ਕਰ ਸਕਦਾ, ਪਰ ਇਹਨਾਂ ਨੇ ਦੱਸਿਆ ਕਿ ਜੀ ਜੇ ਕਿਸਾਨ ਵੇਟ ਕਰਦਾ ਤਾਂ ਉਦੋਂ ਬਾਅਦ ਕਣਕ ਲਗਾਉਣੀ ਔਖੀ ਹੋ ਜਾਂਦੀ ਹੈ, ਸੁੱਕ ਜਾਂਦਾ ਹੈ ਸਿਸਟਮ। ਹਾਂਜੀ ਹਾਂਜੀ ਹਾਂਜੀ। ਨਹੀਂ ਅੱਛਾ, ਚਲੋ ਅਗਰ ਇਹ ਮਸ਼ੀਨ ਹੋਰ, ਅਗਰ ਮਸ਼ੀਨ ਤੁਹਾਡੇ ਕੋਲ 2-3 ਹੁੰਦੀਆਂ ਤਾਂ ਉਹਨਾਂ ਕੋਲ ਮਾਲ ਮਿਲ ਜਾਂਦਾ? ਮਿਲ ਜਾਂਦਾ ਜੀ, ਮਿਲ ਜਾਂਦਾ। ਤੁਹਾਨੂੰ ਲੱਗਦਾ ਇਹ ਮਸ਼ੀਨ ਤੁਸੀਂ ਕੀ ਕਹੋਗੇ ਲੋਕਾਂ ਨੂੰ ਕਿ ਮਸ਼ੀਨ ਖਰੀਦ ਕੇ ਲਾਉਣੀ ਚਾਹੀਦੀ ਹੈ, ਫਾਇਦਾ ਹੈ? ਨਹੀਂ, ਬਹੁਤ ਫਾਇਦਾ ਜੀ ਇਸ ਚੀਜ਼ ਦਾ ਜੀ। ਇਹਦਾ ਕੀ ਹੁੰਦਾ ਜੀ, ਇੱਕ ਤਾਂ ਝਾੜ ਬਹੁਤ ਵੱਧਦਾ ਜੀ ਕਣਕ ਦਾ ਜੀ, ਕਿਉਂ ਜਿਹੜੀ ਮਸ਼ੀਨ ਚੱਲਦੀ ਹੈ ਪਿੱਛੇ ਰੇਨ ਡਿੱਗਦੀ ਹੈ ਨਾ, ਇਹ ਵੀ ਇੱਕ ਤਰ੍ਹਾਂ ਦੀ ਰੇਹ ਹੈ ਜੀ ਇਹ। ਠੀਕ ਹੈ ਜੀ। ਹਾਂਜੀ, ਕਿਸਾਨ ਨੂੰ ਇਹ ਜ਼ਰੂਰ ਸਮਝਾਉਂਦੇ ਹਾਂ ਵੀ ਭਾਈ ਤੁਸੀਂ ਅੱਗ ਨਾ ਲਾਓ, ਜਿਹੜੇ ਵਿੱਚ ਜੀਵ ਜੰਤੂ ਆ ਉਹ ਮੱਚਦੇ ਹੈਗੇ, ਠੀਕ ਹੈ ਨਾ ਜੀ। ਕਿੱਥੇ ਉਹਨੇ ਫਿਰ 6 ਮਹੀਨੇ ਬਾਅਦ ਪੈਦਾ ਹੋਣਾ ਜੀ, 6 ਮਹੀਨੇ ਬਾਅਦ ਆਪਾਂ ਫਿਰ ਤੀਲੀ ਲਾ ਦਿੰਦੇ ਹਾਂ, ਉਹ ਚੀਜ਼ ਬਹੁਤ ਮਾੜੀ ਹੈ ਜੀ ਅੱਗ ਲਾਉਣ ਵਾਸਤੇ। ਫਿਰ ਕੀ ਆ, ਪ੍ਰਦੂਸ਼ਣ ਹੁੰਦਾ ਜੀ, ਐਕਸੀਡੈਂਟ ਹੁੰਦੇ ਹੈਗੇ ਅਤੇ ਨੁਕਸਾਨ ਲੈ ਗਏ ਆ ਸਾਰੀਆਂ ਚੀਜ਼ਾਂ ਜੀ। ਨਹੀਂ, ਮੈਂ ਤੁਹਾਨੂੰ ਇੱਕ ਗੱਲ ਨਾ ਦੁਬਾਰਾ ਪੁੱਛਣਾ ਚਾਹੁੰਦਾ, ਸ਼ਾਇਦ ਤੁਸੀਂ ਸਮਝੇ ਨਹੀਂ ਮੇਰੀ ਗੱਲ, ਕਿ ਜਿਹੜੀ ਇਹ ਮਸ਼ੀਨ ਹੈ ਤੁਸੀਂ ਆਪ ਖਰੀਦੀ? ਹਾਂਜੀ। ਜੇ ਹੋਰ ਮੁੰਡੇ ਜਾਂ ਹੋਰ ਕੋਈ ਅੱਜ ਨੌਜਵਾਨ ਜਾਂ ਕੋਈ ਬੰਦਾ ਇਹ ਮਸ਼ੀਨ ਖਰੀਦ ਕੇ, ਹਾਂਜੀ ਹਾਂਜੀ, ਠੀਕ ਹੈ, ਲੈਣੀ ਚਾਹੇ, ਉਹਨੂੰ ਫਾਇਦਾ ਹੈ? ਬਹੁਤ ਫਾਇਦਾ ਜੀ, ਬਹੁਤ ਫਾਇਦਾ ਜੀ, ਬਹੁਤ ਫਾਇਦਾ। ਤੇ ਕਿੰਨੀ ਇਹ ਮਤਲਬ ਇਹ ਤਾਂ ਫਿਰ ਤਾਂ ਮਹੀਨਾ ਕੀ ਚੱਲਦੀ ਹੋਊਗੀ? ਇਹ ਮਹੀਨਾ ਚੱਲਦੀ ਹੈ ਜੀ ਇੱਥੇ ਜੀ, ਇਹ ਉਦੋਂ ਬਾਅਦ ਕੀ ਹਰਿਆਣੇ ਚੱਲ ਪੈਂਦਾ ਜੀ, ਹਰਿਆਣੇ ਤੋਂ ਬਾਅਦ ਕੀ ਹੈ ਜੀ 2-3 ਮਹੀਨੇ ਗੰਨਾ ਪੱਤੀ 'ਤੇ ਚੱਲਦੀ ਹੈ ਇਹ ਮਸ਼ੀਨ ਜੀ। ਅੱਛਾ, ਮਤਲਬ ਇਹ ਨਹੀਂ ਹੈ ਕਿ 1-2 ਮਹੀਨੇ ਐਸਾ ਕਿ ਲੰਬਾ ਕੰਮ ਹੈ? ਲੰਬਾ ਕੰਮ ਹੈਗਾ ਜੀ, ਕਰਨ ਵਾਲਾ ਚਾਹੀਦਾ ਜੀ, ਲੰਬਾ ਕੰਮ ਹੈਗਾ ਗਾ ਇੱਥੇ। ਔਰ ਕਣਕ ਤੋਂ ਬਾਅਦ ਵੀ ਇਹਦੀ ਲੋੜ ਪੈਂਦੀ ਹੈ? ਹਾਂਜੀ, ਕਣਕ ਤੋਂ ਬਾਅਦ ਵੀ ਲੋੜ ਪੈਂਦੀ ਹੈ, ਕਿ ਉਦੋਂ ਨਹੀਂ ਕਣਕ ਵੇਲੇ ਟਾਈਮ ਜੇ ਕਿਸਾਨ ਚਾਹਵੇ ਤਾਂ ਬਣ ਸਕਦੀ ਹੈ ਗੱਠਾ, ਅਸੀਂ ਖੁਦ ਬਣਾਈਆਂ ਵੀ ਹੈ ਜੀ। ਅੱਛਾ, ਮਤਲਬ ਉਦੋਂ ਵੀ ਬਣ ਸਕਦੀਆਂ ਨੇ? ਹਾਂਜੀ, ਉਦੋਂ ਸਾਨੂੰ ਫੀਲਡ ਮੁੱਲ ਮਿਲਣਾ ਪੈਂਦਾ ਜੀ। ਓਕੇ, ਹਾਂਜੀ, ਇਹ ਚੀਜ਼ ਕੀ ਹੈ ਜਿਹੜੀ ਕਣਕ ਦੀ ਪਰਾਲੀ ਹੁੰਦੀ ਹੈ ਜੀ, ਉਹ ਗਾਂ ਜਿਵੇਂ ਖੁੰਬ ਵਾਲੀਆਂ ਫੈਕਟਰੀਆਂ ਹੋ ਗਈਆਂ ਜੀ, ਹੋਰ ਲੈ ਰਹੇ ਜੀ ਇਹ ਚੀਜ਼ਾਂ, ਸਾਡੇ ਕੋਲ ਪਰਚੇਜ ਕਰ ਰਹੇ ਜੀ। ਅੱਛਾ, ਉਹ ਪਰਚੇਜ ਕਰ ਰਹੇ, ਮਤਲਬ ਪਰਚੇਜ਼ਿੰਗ ਹੈ, ਮਾਰਕੀਟਿੰਗ ਦੀ ਕੋਈ ਪ੍ਰੋਬਲਮ ਨਹੀਂ ਹੈ, ਮਾਲ ਦੀ ਖਪਤ ਹੈ? ਖਪਤ ਹੈ, ਗੱਲ ਇਹ ਹੈ ਕਿ ਮਾਲ ਬਣੇ ਪਹਿਲਾਂ? ਬਣੇ ਜੀ, ਹਾਂਜੀ ਹਾਂਜੀ। ਠੀਕ ਹੈ ਜੀ, ਠੀਕ ਹੈ। ਤੇ ਇੱਕ ਵਾਰ ਦੁਬਾਰਾ ਦੱਸੋ ਜੀ, ਇਹ ਮਸ਼ੀਨ ਜੇ ਲੈਣੀ ਹੋਵੇ ਤਾਂ ਕਿੱਥੋਂ ਮਿਲੂਗੀ? ਇਹ ਜੀ ਇੱਥੋਂ ਇੱਕ ਡੀਲਰਸ਼ਿਪ ਹੈਗੀ ਜੀ ਮੋਗੇ ਜੀ। ਓਕੇ, ਹਾਂਜੀ ਹਾਂਜੀ, ਬਾਕੀ ਉਹਨਾਂ ਦੇ ਏਜੰਟ ਤੁਰੇ ਫਿਰਦੇ ਹਰੇਕ ਥਾਂ ਦੇ, ਕਿਸੇ ਨੇ ਵੀ ਉਹਨਾਂ ਦਾ ਕੰਟੈਕਟ ਨੰਬਰ ਦੇ ਦਾਂਗੇ ਅਸੀਂ, ਉਸ 'ਤੇ ਸਾਨੂੰ ਕਾਲ ਕਰਨ ਜੀ। ਮੇਰਾ ਮੋਬਾਈਲ ਨੰਬਰ 7696-1900 ਜੀ। ਜਿੰਨੀ ਵੀ ਹੈਲਪ ਹੋਊਗੀ, ਮੈਂ ਵੱਧ ਤੋਂ ਵੱਧ ਜਿਹਨੇ ਮਸ਼ੀਨ ਲੈਣੀ ਆ ਉਹਦੀ ਹੈਲਪ ਕਰੂੰਗਾ ਜੀ, ਵੀ ਜਿੰਨਾ ਵੀ ਫਾਇਦਾ ਹੋ ਸਕਿਆ। ਸਰਕਾਰ ਇਹ ਹੈ ਵੀ ਸਾਨੂੰ ਸਬਸਿਡੀ ਦਵਾਵੇ ਇਹਨਾਂ ਮਸ਼ੀਨਾਂ 'ਤੇ ਜੀ। ਮੇਨ ਪ੍ਰੋਬਲਮ ਕੀ ਹੈ, ਸਾਨੂੰ ਹਰਿਆਣੇ ਦੇ ਵਿੱਚ ਬਹੁਤ ਸਬਸਿਡੀ ਆ ਰਹੀ ਹੈ ਜੀ, ਅਤੇ ਪੰਜਾਬ ਦੇ ਵਿੱਚ ਸਬਸਿਡੀ ਇਹ ਮਸ਼ੀਨਾਂ ਵਾਸਤੇ ਹੈ ਨਹੀਂ। ਸੋ ਭਗਵੰਤ ਮਾਨ ਸਾਹਿਬ, ਇੱਕ ਹੋਰ ਦੇਖੋ, ਇੱਥੋਂ ਫੀਡਬੈਕ ਮਿਲਦਾ ਹੈ, ਤਾਂ ਜਦੋਂ ਜ਼ਮੀਨ 'ਤੇ ਗੱਲ ਕਰੀਏ ਤਾਂ ਫੀਡਬੈਕ ਮਿਲਦਾ, ਫੀਡਬੈਕ ਇਹ ਹੈ ਕਿ ਹਰਿਆਣੇ ਦੇ ਵਿੱਚ ਇਹਨਾਂ ਮਸ਼ੀਨਾਂ ਦੇ ਉੱਤੇ ਸਬਸਿਡੀ ਮਿਲ ਰਹੀ ਹੈ, ਪੰਜਾਬ 'ਚ ਸਬਸਿਡੀ ਨਹੀਂ। ਆਹ ਸਬਸਿਡੀ ਦਵਾ ਦਿਓ ਤਾਂ ਸ਼ਾਇਦ ਹੋਰ ਵੀ ਕਿਸਾਨ ਹੋਣਗੇ ਜਿਹੜੇ ਅੱਗ ਨਹੀਂ ਲਾਉਣਗੇ, ਕਿਉਂਕਿ ਟਾਈਮ 'ਤੇ ਮਸ਼ੀਨਾਂ ਮਿਲਣਗੀਆਂ, ਟਾਈਮ 'ਤੇ ਇਹ ਚੀਜ਼ ਕੱਟੀ ਜਾਊਗੀ, ਇਹਦੀ ਵਰਤੋਂ ਹੋਊਗੀ, ਪੰਡਾ ਬਣਨਗੀਆਂ, ਇਹਦੇ ਨਾਲ ਫਿਊਲ ਵੀ ਬਣ ਰਿਹਾ। ਇਕੱਲਾ ਇਹਦੇ ਨਾਲ ਨਾ, ਮੈਂ ਇਹ ਚੀਜ਼ ਜ਼ਰੂਰ ਦੱਸਣਾ ਚਾਹੂੰਗਾ ਕਿ ਇਕੱਲਾ ਇਹ ਨਹੀਂ ਹੈ ਕਿ ਪਰਾਲੀ ਤੋਂ ਬਚ ਰਹੇ ਆਪਾਂ, ਅੱਗ ਲਾਉਣ ਤੋਂ ਬਚ ਰਹੇ, ਇਹਦੇ ਨਾਲ ਫਿਊਲ ਵੀ ਬਣ ਰਿਹਾ। ਜਿਹੜੀ ਆਪਾਂ ਅੱਗ ਲਾ ਦਿੰਦੇ ਉਹਦਾ ਕੁਛ ਨਹੀਂ ਮਿਲਦਾ, ਜ਼ਮੀਨ ਖਰਾਬ ਹੁੰਦੀ ਹੈ, ਧੂੰਆਂ ਹੁੰਦਾ, ਇਨਵਾਇਰਮੈਂਟ ਖਰਾਬ ਹੁੰਦਾ, ਸਭ ਕੁਝ ਹੁੰਦਾ, ਇਹਨੂੰ ਕਰਨ ਨਾਲ ਫਿਊਲ ਮਿਲਦਾ। ਇਹਦੇ ਨਾਲ ਬਾਇਓਫਿਊਲ ਬਣਦਾ ਜਿਹੜਾ ਡੀਜ਼ਲ ਦੇ ਵਿੱਚ ਪੈਂਦਾ, ਉਸ ਤੋਂ ਬਾਅਦ ਸਪਿਰਿਟ ਬਣਦੀ ਹੈ ਜਿਹਦੇ ਨਾਲ ਦਾਰੂ ਬਣਦੀ ਹੈ, ਉਹ ਵੀ ਇਹਦੇ ਨਾਲ ਬਣਦੀ ਹੈ, ਫਿਰ ਉਸ ਤੋਂ ਬਾਅਦ ਇਹਦੇ ਨਾਲ ਗੱਤਾ ਫੈਕਟਰੀਆਂ ਦੇ ਵਿੱਚ ਗੱਤਾ ਬਣਦਾ। ਬਾਈ ਜੀ ਹੋਰ ਵੀ ਦੱਸੇ, ਬਾਈ ਹੋਰ ਕਿੱਥੇ ਕਿਤੇ ਯੂਜ਼ ਹੁੰਦੀ? ਬਾਈ ਜੀ ਪਾਵਰ ਪਲਾਂਟਾਂ ਦੇ ਵਿੱਚ ਹੀ ਜਾਂਦੀ ਹੈ ਜੀ। ਪਾਵਰ ਪਲਾਂਟ ਦੇ ਵਿੱਚ ਯੂਜ਼ ਹੋ ਰਿਹਾ, ਸੋਚੋ ਜਿੱਥੇ ਆਪਾਂ ਕਹਿੰਦੇ ਕੋਲੇ ਦੀ ਕਮੀ ਹੈ, ਕੋਲੇ ਦੀ ਕਮੀ ਵੀ ਪੂਰੀ ਕਰਦਾ, ਬਾਹਰੋਂ ਕੋਲਾ ਲੈਣ ਦੀ ਲੋੜ ਨਹੀਂ, ਆਪਦਾ ਮਾਲ ਹੈ ਫਰੀ ਦਾ ਜਿਹੜਾ ਆਪਾਂ ਖਰਾਬ ਕਰ ਰਹੇ ਸਿੱਟ ਰਹੇ ਹਾਂ।
ਅੱਗ ਲਾ ਕੇ ਸਿੱਟ ਰਹੇ ਨਾਲ ਦਿੱਕਤ ਹੋ ਰਹੀ ਹੈ ਉਹਨਾਂ ਨੂੰ ਜੀ ਕੀ ਹੈ ਇੰਡਸਟਰੀਆਂ ਕੋਲੇ ਮਾਲ ਨਹੀਂ ਪੂਰਾ ਹੋ ਰਿਹਾ ਜੀ ਪੰਜਾਬ ਦੇ ਵਿੱਚ ਜਿੰਨੀ ਵੀ ਇੰਡਸਟਰੀ ਹੈ ਨਾ ਜੀ ਜੇ ਮਸ਼ੀਨਰੀ ਵੱਧ ਤੋਂ ਵੱਧ ਹੋਊਗੀ ਨਾਲੇ ਕਿਸਾਨ ਦਾ ਫਾਇਦਾ ਜੀ ਤੇ ਨਾਲੇ ਕੀ ਹੈ ਜੀ ਉਹਨਾਂ ਕੋਲੇ ਕੁਆਂਟਿਟੀ ਉਹਨਾਂ ਦੀ ਪੂਰੀ ਹੋ ਜਾਊਗੀ ਜੀ ਹੁਣ ਕੀ ਹੈ ਜੀ ਸਾਨੂੰ ਪਲਾਂਟ ਵਾਲੇ ਕੀ ਕਹਿੰਦੇ ਵੀ ਤੁਸੀਂ ਸਾਨੂੰ ਹਰਿਆਣੇ 'ਚੋਂ ਮਾਲ ਪੂਰਾ ਕਰਕੇ ਦਿਓ ਸਾਡੇ ਪਲਾਂਟ ਦੇ ਵਿੱਚ ਕਮੀ ਹੈ ਜੀ ਇਸ ਚੀਜ਼ ਦੀ ਦੇਖੋ ਇਸ ਚੀਜ਼ ਦੀ ਕਮੀ ਹੋ ਰਹੀ ਹੈ ਸੋ ਮੈਂ ਇਹੀ ਗੱਲ ਕਰਾਂਗਾ ਸ਼ੁਕਰੀਆ ਭਾਈ ਜੀ ਠੀਕ ਹੈ ਬਾਈ ਜੀ ਦੁਬਾਰਾ ਕੋਈ ਮੇਰਾ ਮੋਬਾਈਲ ਨੰਬਰ ਜੀ 76965050 ਪੂਰਾ 1900 ਮੇਰਾ ਨਾਮ ਸ਼ੋਭ ਰਜਿੰਦਰ ਸ਼ਰਮਾ ਜੀ 76965050 1900 1900 ਸੋ ਇਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ ਨੰਬਰ ਅਸੀਂ ਥੱਲੇ ਵੀਡੀਓ ਦੇ ਵਿੱਚ ਵੀ ਪਾ ਦਾਂਗੇ ਇਹ ਬਹੁਤ ਵਧੀਆ ਚੀਜ਼ ਹੈ ਮੈਂ ਸਿਰਫ ਇੰਨੀ ਗੱਲ ਤੁਹਾਨੂੰ ਦੱਸਣਾ ਚਾਹੂੰਗਾ ਕਿ ਪੰਜਾਬ ਦੇ ਕਿਸਾਨਾਂ ਨੂੰ ਤੇ ਸਾਰਿਆਂ ਨੂੰ ਕਿ ਇਹ ਵੱਲ ਇਸ ਚੀਜ਼ ਵੱਲ ਸੋਚਣ ਦੀ ਲੋੜ ਹੈ ਮੁੰਡੇ ਜਿਹੜੇ ਕਹਿੰਦੇ ਨੇ ਕਿ ਜੀ ਕੰਮ ਹੈ ਨਹੀਂ 30 ਲੱਖ ਰੁਪਏ 40 ਲੱਖ ਰੁਪਏ ਲਾ ਕੇ ਬਾਹਰ ਚਲੇ ਨੇ ਬਾਈ 40 ਲੱਖ ਰੁਪਏ ਵੀਰ ਜੀ ਇੱਥੇ ਲਾਓ ਮੈਂ ਉਹਨਾਂ ਉਸ ਯੂਥ ਨੂੰ ਉਹਨਾਂ ਲੋਕਾਂ ਨੂੰ ਕਹੂੰਗਾ ਬਾਹਰ ਪੈਸੇ ਲਾਈ ਜਾਂਦੇ ਹੋ ਵੱਧ ਪੈਸੇ ਦੇਈ ਜਾਂਦੇ ਹੋ ਫਿਰ ਉੱਥੇ ਜਾ ਕੇ ਪਤਾ ਨਹੀਂ ਕੀ ਹਾਲ ਹੋਣੇ ਨੇ ਉੱਥੇ ਜਾ ਕੇ ਫਿਰ ਇਹੋ ਜਿਹੇ ਕੰਮ ਹੀ ਕਰਨੇ ਇੱਥੇ ਸਰਦਾਰੀ ਹੈ ਮਸ਼ੀਨ ਇਹੋ ਜਿਹੀ ਲਾਓ ਜਿਹਦੇ ਨਾਲ ਕਮਾਈ ਵੀ ਹੁੰਦੀ ਹੈ ਸਾਰਾ ਕੁਛ ਸਹੀ ਹੋਊਗਾ ਇੱਥੇ ਰਹਿ ਸਕਦੇ ਹੋ ਇਹ ਨਹੀਂ ਹੈ ਕਿ ਇੱਥੇ ਕੰਮ ਹੈ ਨਹੀਂ ਅੱਜ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਇੱਥੇ ਕੰਮ ਨਹੀਂ ਕੰਮ ਲੱਭਣੇ ਪੈਣਗੇ ਕੰਮ ਹੈਗੇ ਨੇ ਇਹਦੇ ਨਾਲੇ ਕੀ ਕੁਛ ਠੀਕ ਹੋਊਗਾ ਪੁੰਨ ਨਾਲੇ ਫਲੀਆਂ ਸੋ ਥੈਂਕ ਯੂ ਇੰਨੀ ਗੱਲ ਕਰਦੇ ਹੋਏ ਅੱਜ ਦੀ ਰਿਪੋਰਟ ਇੱਥੇ ਹੀ ਮੈਂ ਵੈਭਵ ਕਸਤੀਜਾ ਦਿਲਬਾਗ ਦੇ ਨਾਲ ਆਹ ਰਿਪੋਰਟ ਪੇਸ਼ ਕਰ ਰਿਹਾ ਥੈਂਕ ਯੂ।